ਬਠਿੰਡਾ ਦੇ ਰਾਮਾ ਮੰਡੀ ਦੇ ਵਿੱਚ ਪਿੰਡ ਬਾਂਗੀ ਰਾਣਾ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਅੱਜ ਖੁਦਕੁਸ਼ੀ ਕਰ ਲਈ ਗਈ ਹੈ। ਖੁਦਕੁਸ਼ੀ ਦੇ ਕਾਰਨ ਕੁਝ ਲੋਕਾਂ ਦੇ ਵੱਲੋਂ ਨੌਜਵਾਨ ਦੇ ਨਾਲ ਕੀਤੀ ਗਈ ਮਾਰਕੁੱਟ ਦੱਸਿਆ ਜਾ ਰਿਹਾ। ਨੌਜਵਾਨ ਦੇ ਘਰ ਵਾਲਿਆਂ ਦੇ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ ਪੁਲਿਸ ਦੇ ਵੱਲੋਂ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। ਇਹ ਜੀ ਮੇਰੇ ਭਰਾ ਦਾ ਨਾਂ ਰਜਿੰਦਰ ਸਿੰਘ ਹੈ ਜੀ। ਇਹਦੇ ਨਾਲ ਕੁੱਟਮਾਰ ਕੀਤੀ ਸੀਗੀ ਜੀ ਚਰਨੇ ਡਾਕਟਰ ਨੇ ਜੀ ਚੱਠਾ। ਉਹ ਨਾਲ ਦੇ ਪਿੰਡ ਵੱਡੀ ਬੰਗੀ ਹੈ ਜੀ ਉਹਦੀ ਰਹਿ ਜੀ। ਅਤੇ ਸੁਨਿਆਰੇ ਨੇ ਉਹਦੇ ਘਰ ਕਿਰਾਏ 'ਤੇ ਦੁਕਾਨ ਲਈ ਸੀਗੀ ਜੀ। ਉੱਥੇ ਉਹਨਾਂ ਨੂੰ ਕੜਾ ਪਾਲਿਸ਼ ਕਰਾਉਣ ਲਈ ਦਿੱਤਾ ਸੀਗਾ ਜੀ ਉਹ ਮੇਰੇ ਰਜਿੰਦਰ ਸਿੰਘ ਭਰਾ ਨੇ ਜੀ। ਅਤੇ ਉਹ ਇੱਕ ਦੋ ਵਾਰੀ ਕੜਾ ਲੈਣ ਗਿਆ ਜੀ, ਸੁਨਿਆਰਾ ਨਹੀਂ ਮਿਲਿਆ ਜੀ। ਅਤੇ ਰਜਿੰਦਰ ਸਿੰਘ ਜੋ ਚੌਥੀ ਪੰਜਵੀਂ ਵਾਰ ਗਿਆ, ਮੁੜ ਕੇ ਉਹਨਾਂ ਨੇ ਫੜ ਕੇ ਬਹੁਤ ਜ਼ਿਆਦਾ ਕੁੱਟਿਆ ਜੀ। ਅਤੇ ਉਹਦੀ ਵੀਡੀਓ ਬਣਾਈ ਗਈ ਜੀ, ਪਿਸਤੌਲ ਦਿਖਾਇਆ ਗਿਆ ਜੀ, ਬਹੁਤ ਉਹਦੇ ਨਾਲ ਕੋਈ ਵੀਡੀਓ 'ਚ ਕੋਈ ਗਲਤ ਕੰਮ ਕੀਤਾ ਗਿਆ ਅਤੇ ਬਹੁਤ ਉਹਦੇ ਨਾਲ ਬਲਸੂਕੀ ਕੀਤੀ ਗਈ, ਉਹਦੀ ਬੇਇੱਜ਼ਤੀ ਕੀਤੀ ਗਈ। ਕੁੱਟਿਆ ਕਾਰਨ ਵੀ ਇਹ ਸੀਗਾ ਵੀ ਬਿੰਦ ਬਿੰਦ ਗੇੜੇ ਮਾਰਦਾ ਇਹ ਗਿਆ, ਉਹ ਕੜਾ ਲੈਣ ਸੀਗਾ ਰਜਿੰਦਰ ਸਿੰਘ। ਉਸ ਤੋਂ ਬਾਅਦ ਉਹ ਘਰ ਆ ਕੇ ਆਪਣੀ ਬੇਇੱਜ਼ਤੀ ਮਹਿਸੂਸ ਬਹੁਤ ਜ਼ਿਆਦਾ ਕਰ ਗਿਆ ਅਤੇ ਉਹਨੇ ਜ਼ਹਿਰ ਖਾ ਲਿਆ ਮਰ ਗਏ। ਇਹ ਬੰਗੀ ਨਿਹਾਲ ਸਿੰਘ ਜੀ, ਪਿੰਡ ਬੰਗੀ ਨਿਹਾਲ ਸਿੰਘ। ਇਹ ਜੀ 22 ਤਰੀਕ ਦੀ ਗੱਲ ਹੈ ਜੀ ਅਤੇ ਉਮਰ ਉਹਦੀ 17-18 ਸਾਲ ਸੀਗੀ ਜੀ। ਸਰ ਹੁਣ ਤੀਕਰ ਭੋਰਾ ਵੀ ਕੋਈ ਕਾਰਵਾਈ ਨਹੀਂ ਹੋਈ ਸਰ। ਅਸੀਂ ਬਹੁਤ ਬਹੁਤ ਇਹਨਾਂ ਨੂੰ ਬਹੁਤ ਪੁਲਿਸ ਨੂੰ ਕਿਹਾ ਜੀ, ਕੁਲਵਿੰਦਰ ਸਿੰਘ ਥਾਣੇਦਾਰ SI ਉਹਨਾਂ ਕੋਲ ਸਾਡਾ ਕੇਸ ਹੈ ਜੀ, ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ। ਰਾਮੇ ਥਾਣਾ ਜੀ, ਹਜੇ ਤੱਕ ਕੋਈ ਵੀ ਬੰਦਾ ਅਰੈਸਟ ਨਹੀਂ ਹੋਇਆ ਜੀ। ਹੁਣ ਵੀ ਹਜੇ ਵੀ ਕਹਿੰਦੇ ਆ ਕੋਈ ਨਹੀਂ ਕਰਾਂਗੇ ਕਾਰਵਾਈ, ਐਂ ਨਹੀਂ ਕਹਿੰਦੇ ਵੀ ਤੁਹਾਡੇ ਬੰਦੇ ਅਸੀਂ ਫੜਾਂਗੇ ਜਾਂ ਨਹੀਂ, ਹਜੇ ਵੀ ਕਹਿੰਦੇ ਆ ਕੋਈ ਨਹੀਂ ਕਹਿੰਦੇ ਹਜੇ ਵੀ। ਅਗਰ ਕਿਸੇ ਨੂੰ ਅਰੈਸਟ ਨਹੀਂ ਪਾਉਂਦੇ ਤਾਂ ਤੁਸੀਂ ਕੀ ਕਰੋਗੇ ਇਸ ਤੋਂ ਬਾਅਦ? ਅਸੀਂ ਕੋਈ ਧਰਨਾ ਲਾਵਾਂਗੇ ਜੀ, ਕੁਛ ਕਰਾਂਗੇ ਜੀ, ਜਿਹੜਾ ਸਾਡੇ ਕੋਈ ਹੋਇਆ ਜੀ। ਹਾਂਜੀ, ਜਿੰਨਾ ਚਿਰ ਸਾਡਾ ਇਨਸਾਫ਼ ਨਹੀਂ ਹੁੰਦਾ ਜੀ ਉਨਾ ਚਿਰ ਅਸੀਂ ਸੰਸਕਾਰ ਨਹੀਂ ਕਰਦੇ ਲਾਸ਼ ਦਾ ਜੀ। ਧਰਨਾ ਲਾਵਾਂਗੇ ਜੀ, ਸਾਰਾ ਕੁਛ ਕਰਾਂਗੇ ਜੀ। ਡੈੱਡ ਬੋਡੀ ਜੀ ਇੱਥੇ ਪੋਸਟਮਾਰਟਮ ਹੋਈ ਜਾਂਦਾ ਜੀ, ਉੱਥੇ ਪਈ ਹੈ ਜੀ ਸਿਵਲ ਹਸਪਤਾਲ ਜੀ ਬਠਿੰਡਾ ਜੀ। 22 ਦਿਨ ਹੋ ਗਏ ਜੀ ਸਾਡੇ ਜਵਾਕ ਦੀ ਕੋਈ ਸੁਣਵਾਈ ਨਹੀਂ ਕੀਤੀ, ਉਹਨਾਂ ਬਿਆਨ ਵੀ ਦਿੱਤੇ ਨੇ, ਲਿਖੇ ਨੇ ਚੋਣ ਵੱਡੇ। ਦੋ ਵਾਰੀ ਮੁੜ ਕੇ ਆਏ, ਦੋ ਵਾਰੀ ਉੱਥੋਂ ਮੁੜ ਕੇ ਮੁੜ ਗਿਆ ਬੁੱਢਾ। ਸਰਕਾਰ ਸਾਡੇ ਕੋਲ ਕੀ ਮੰਗਦੀ ਹੈ? ਪੈਸੇ ਆਏ ਨੇ ਸਾਡੇ, ਅਸੀਂ ਬੱਚੇ ਦੇ ਲਾਈਏ ਕੋਨਾਂ ਨੂੰ ਦੀ ਬਿਆਨ ਦੇਣ ਲਈ ਜਦੋਂ ਆਖਿਆ ਉਦੋਂ ਦੂੜ ਘੱਟਾ ਬਿਆਨ ਲਿਆ ਵੀ ਐਡਾ ਰਜਿੰਦਰ ਸਿੰਘ ਬੰਗੀ ਕਲਾਂ ਦਾ ਇੱਕ ਲੜਕਾ ਹੈਗਾ, 32 ਸਾਲ ਦੀ ਉਮਰ ਹੈਗੀ ਹੈ। ਉਹ ਕੁਛ ਦਿਨ ਪਹਿਲਾਂ ਉਹਦਾ ਕੁੱਟਮਾਰ ਦਾ ਮਾਮਲਾ ਸਾਡੇ ਧਿਆਨ 'ਚ ਆਇਆ ਸੀ। ਉਹਨੇ ਆਪਣੀ ਬੇਇੱਜ਼ਤੀ ਨਾਲ ਸਹਾਰਦੇ ਹੋਏ ਜਿਹੜਾ ਅਸੀਂ ਪੋਇਜ਼ਨ ਲਈ ਸੀ, ਪੋਇਜ਼ਨ ਕਰਕੇ ਹੋਸਪਿਟਲ ਐਡਮਿਟ ਸੀ। ਉਹਦੇ ਰਿਗਾਰਡਿੰਗ ਅਸੀਂ FIR ਦਰਜ ਪਹਿਲਾਂ ਕੁੱਟਮਾਰ ਦੀ ਕੀਤੀ ਸੀਗੀ। ਰਾਤੀ ਉਸ ਦੀ ਡੈੱਥ ਹੋ ਜਾਣ ਕਾਰਨ ਅਸੀਂ 306 IPC ਦਾ ਜਿਹੜਾ ਵਾਧਾ ਜੁਰਮ ਕੀਤਾ ਹੈਗਾ, ਪੋਸਟਮਾਰਟਮ ਕਰਵਾ ਰਹੇ ਹਾਂ ਜੀ। ਉਸ ਤੋਂ ਬਾਅਦ ਦਿਨ ਜਿਹੜੀ ਕਾਰਵਾਈ ਹੋਏਗੀ ਉਹਨੂੰ ਚਲਿੰਦੀ ਹੈ। ਹਾਂਜੀ, 306 ਦੀ FIR ਦਰਜ ਹੋਈ ਹੈ। ਉਹਦੇ 'ਚੋਂ ਇੱਕ ਸੰਦੀਪ ਸਿੰਘ ਨਾਂ ਦੇ ਬੰਦੇ ਨੂੰ ਅਸੀਂ ਅਰੈਸਟ ਕੀਤਾ ਸੀਗਾ ਅਤੇ ਅੱਜ ਇਹਦੇ 'ਚ ਜੁਰਮ ਦਾ ਵਾਧਾ ਹੋ ਗਿਆ। ਅਸੀਂ ਜਿਹੜੇ ਦੋਸ਼ੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ। ਬਾਈ ਨੇਮ 2 ਬੰਦੇ ਹੈਗੇ, 4 ਅਣਪਛਾਤੇ ਬੰਦੇ ਹੈਗੇ। ਠੀਕ, ਬਾਕੀ 5 ਬੰਦੇ ਰਹਿੰਦੇ ਹੈਗੇ ਅਰੈਸਟ ਲਈ, 1 ਬੰਦੇ ਦੀ ਅਸੀਂ ਅਰੈਸਟ ਪਾ ਲਈਏ, ਬਾਕੀ ਅੱਜ ਜਲਦੀ ਉਹਨਾਂ ਨੂੰ ਅਸੀਂ ਅਰੈਸਟ ਕਰ ਲਈਏ। ਬਠਿੰਡਾ ਤੋਂ ਜੁਗਨੂ ਸ਼ਰਮਾ ਦੀ ਰਿਪੋਰਟ।